ਕੰਵਰ ਗਰੇਵਾਲ ਇੱਥੇ ਪਹੁੰਚੇ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰ ਰਹੇ ਨੇ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਨੌਜਵਾਨਾਂ ਦਾ ਜਿਹੜਾ ਇਹ ਰੋਸ ਅੱਜ ਇਹਦੇ ਮਾਇਨੇ ਕੀ ਨਿਕਲਦੇ ਨੇ ਬਾਈ ਜੀ ਜੇ ਇਹਨਾਂ ਦੇ ਰੋਸ ਦੀ ਗੱਲ ਕਰੀਏ ਰੋਸ ਨੌਜਵਾਨਾਂ ਦੇ ਵਿੱਚ એનર્ਜੀ ਬਹੁਤ ਆ ਹਮੇਸ਼ਾ ਗੱਲ ਉੱਠਦੀ ਹੈ ਕਿ ਸੇਧ ਦੇਣ ਦੀ ਲੋੜ ਹੈ ਸੇਧ ਮਿਲ ਰਹੀ ਹੈ ਅੱਜ ਮਿਲੂਗੀ ਡੈਫੀਨਿਟ ਮਿਲੂਗੀ ਆ ਬੋਲਿਆ ਵਾ ਜਾਈ ਨਹੀਂ ਜਾਊਗਾ ਹਣਾ ਬਹੁਤ ਸਾਰੇ ਐਸੇ ਸੱਜਣ ਬੈਠੇ ਹੋਣਗੇ ਜਿਹੜੇ ਬਹੁਤ ਚੰਗੀਆਂ ਚੀਜ਼ਾਂ ਨਾਲ ਲੈ ਕੇ ਜਾਣਗੇ ਘਰਾਂ ਨੂੰ ਔਰ ਉਹ ਸੋਚ ਕੰਟੀਨਿਊਟੀ ਬਣੂਗੀ ਰੌਲਾ ਇਹੀ ਹੁੰਦਾ ਇਹਨਾਂ ਪ੍ਰੋਟੈਸਟਾਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਕੱਲੀਆਂ ਗੋਲੀਆਂ ਚਲਾਉਣੀਆਂ ਜਾਂ ਡਾਂਗਾ ਖੜਕਾਉਣੀਆਂ ਜਾਂ ਕੁੱਟਮਾਰ ਜਾਂ ਜਿਹੜੀ ਲਾਲਾ ਲਾਲਾ ਉੱਚੀਆਂ ਕੂਕਾਂ ਇਹ ਨਹੀਂ ਹੁੰਦਾ ਮਕਸਦ ਇਹ ਵੀ ਹੁੰਦਾ ਕਿ ਜੋ ਵੀ ਇੱਥੇ ਸਪੀਕਰਾਂ ਨੇ ਬੋਲਿਆ ਉਹਦੇ 'ਚ ਬੜੀਆਂ ਚੀਜ਼ਾਂ ਜਿਹੜੀਆਂ ਮੈਂ ਵੀ ਪਰਸਨਲੀ ਅੱਜ ਸਿੱਖਿਆ ਜਿਹੜੀਆਂ ਮੈਨੂੰ ਪਤਾ ਲੱਗੀ ਵੀ ਅੱਛਾ ਵੀ ਆਹ ਵੀ ਹੋ ਰਿਹਾ ਆਹ ਵੀ ਹੋ ਰਿਹਾ ਉਸ ਤੋਂ ਬਾਅਦ ਚਿਹਰੇ ਦੇਖ ਕੇ ਪਤਾ ਲੱਗ ਜਾਂਦਾ ਬਾਬਾ ਕਿ ਹੁਣ ਮੂਡ 'ਚ ਹੈ ਤਾਂ ਇਸ ਕਰਕੇ ਲੜਨਾ ਪੈਣਾ ਲੰਬਾ ਲੜਨਾ ਪੈਣਾ ਔਰ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਪੈਣਾ ਤੁਹਾਨੂੰ ਕਿੱਦਾਂ ਲੱਗਦਾ ਕਿ ਕੇਂਦਰ ਦੀ ਸਰਕਾਰ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋ ਰਹੀ ਹਾਲੇ ਵੀ ਕਹਿ ਰਹੀ ਹੈ ਕਿ ਇਹ ਫੈਸਲੇ ਕਿਸਾਨਾਂ ਦੇ ਹਿੱਤ ਵਿੱਚ ਨੇ ਜਿਹੜੇ ਲੋਕ ਬੋਲ ਰਹੇ ਨੇ ਗੁੰਮਰਾਹ ਕਰ ਰਹੇ ਨੇ ਕਿਸਾਨਾਂ ਨੂੰ ਤੁਹਾਨੂੰ ਲੱਗਦਾ ਗੁੰਮਰਾਹ ਕਰ ਰਹੇ ਨੇ ਸਾਰੇ ਫਿਰ ਹੁਣ ਘਰੇ ਵੀ ਤਾਂ ਬਹਿ ਨਹੀਂ ਸਕਦੇ ਆਪਾਂ ਹੁਣ ਮੰਨ ਲਓ ਕਹਿਤਾ ਉਹਨਾਂ ਨੇ ਬਿੱਲ ਹੈ ਬਿੱਲ ਤੁਹਾਡੇ ਪੱਖ 'ਚ ਹੈ ਕੀ ਗੱਲ ਘਰੇ ਬਹਿ ਜਾਈਏ ਹੁਣ ਜੋ ਸਾਰੀਆਂ ਗੱਲਾਂ ਕਲੀਅਰ ਹੈ ਅਸੀਂ ਗਵਾਈਏ ਯਾਰ ਕਿੰਨੇ ਸਾਲਾਂ ਦੇ ਅਸੀਂ ਖੇਤੀ ਤੋਂ ਟੁੱਟੇ ਹੋਏ ਹਾਂ ਤਾਂ ਮੇਰੇ ਅੰਦਰ ਇੱਕ ਚੀਜ਼ ਹੈਗੀ ਆ ਉਹ ਚੀਜ਼ ਦੀ ਮੈਂ ਠੀਕ ਹੈ ਮੈਂ ਅਖਾੜੇ ਲਾਈ ਜਾਊਂਗਾ ਕੰਮਕਾਰ ਚੱਲੀ ਜਾਊਗਾ ਬਾਹਰਲੇ ਮੁਲਕਾਂ 'ਚੋਂ ਅਖਾੜੇ ਲਾ ਕੇ ਲਿਆਇਆ ਕਰਾਂਗੇ ਰੱਬ ਦਾ ਦਿੱਤਾ ਸਭ ਕੁਝ ਹੈਗਾ ਪਰ ਰੌਲਾ ਜਿੱਦੇ ਦਾ ਇਹ ਬਿੱਲ ਦੀ ਇਹਦੀ ਚਰਚਾ ਹੋ ਰਹੀ ਹੈ ਮੇਰੇ ਪਿੰਡ ਦੇ ਮੈਂ ਬਾਹਰ ਵੀ ਨਿਗਾਹ ਨਾ ਮਾਰਾਂ ਮੇਰੇ ਪਿੰਡ ਦੇ ਉਹ ਜ਼ਿਮੀਦਾਰ ਮੇਰੀ ਅੱਖਾਂ ਮੂਹਰੇ ਆਉਂਦੇ ਆ ਜਿਨ੍ਹਾਂ ਦੇ ਪੰਜ ਪੰਜ ਧੀਆਂ ਅਤੇ ਉਹ ਤਿੰਨ ਤਿੰਨ ਕਿੱਲਿਆਂ ਦੋ ਦੋ ਕਿੱਲਿਆਂ ਦੇ ਮਾਲਕ ਹੈ ਤਾਂ ਮੈਂ ਉਹ ਸਮਝ ਸਕਦਾ ਯਾਰ ਵੀ ਮੇਰਾ ਪਿੰਡ ਆਓ ਹਾਲਾਂਕਿ ਸਾਰਾ ਪੰਜਾਬ ਮੇਰਾ ਪਿੰਡ ਹੈ ਸਾਰਾ ਮੁਲਕ ਮੇਰਾ ਪਿੰਡ ਹੈ ਪਰ ਜੇ ਮੈਂ ਇੱਕ ਛੋਟੀ ਜਿਹੀ ਟੁਕੜੀ ਨੂੰ ਵੀ ਦੇਖਾਂ ਜਿੱਥੇ ਮੇਰਾ ਬਚਪਨ ਲੰਘਿਆ ਬਾਈ ਹਨਾ ਉਹਨੂੰ ਵੀ ਦੇਖਾਂ ਤਾਂ ਮੈਂ ਉੱਥੇ ਭਾਵਕ ਹੈ ਕਿ ਯਾਰ ਉਹਨਾਂ ਲੋਕਾਂ ਦਾ ਕੀ ਬਣੂਗਾ ਜੇ ਆ ਸਾਰਾ ਕੁਝ ਪ੍ਰਾਈਵੇਟ ਹੋ ਗਿਆ ਕਿਉਂਕਿ ਇੱਕ ਚੱਕਰ ਹੈ ਸਾਡੇ ਪੰਜਾਬੀਆਂ ਦਾ ਅਪਲਾਈ ਹੋ ਗਿਆ ਨਾ ਸਾਰਾ ਕੁਛ ਇਹਨਾਂ ਨੇ ਪ੍ਰੋਸੈਸ 'ਚ ਪਾਤਾ ਮੰਨ ਲਓ ਆ ਝੋਨੇ ਤੋਂ ਹੀ ਪਾਤਾ ਸਾਨੂੰ ਸਾਲ ਦੋ ਸਾਲ ਸਮਝ ਹੀ ਨਹੀਂ ਆਉਣੀ ਜਿਵੇਂ ਕਹਿੰਦੇ ਨਾ ਇੱਕ ਨਵੀਂ ਨਿਕੰਮੀ ਸਰਕਾਰ ਨੂੰ ਸਰਕਾਰ ਆਉਣ ਤੋਂ ਬਾਅਦ ਸਾਲ ਦੋ ਸਾਲ ਪਤਾ ਹੀ ਨਹੀਂ ਲੱਗਦਾ ਵੀ ਕਿੱਥੇ ਕੀ ਕਰਨਾ ਉਹ ਹਾਲ ਆ ਸਾਨੂੰ ਸਾਲ ਦੋ ਸਾਲ ਇਹਨਾਂ ਨੇ ਪਤਾ ਹੀ ਨਹੀਂ ਲੱਗਣ ਦੇਣਾ ਇਹੋ ਜਿਹੇ ਲੋਲੀਪੋਪ ਬਹੁਤ ਗੁੱਝੀਆਂ ਨੀਤੀਆਂ ਨੇ ਪਹਿਲਾਂ ਅਸੀਂ ਨੋਟਬੰਦੀ ਦੀ ਗੱਲ ਕਰ ਲਈਏ GST ਦੀ ਗੱਲ ਕਰ ਲਈਏ ਬਹੁਤ ਕੁਝ ਘੁਮਾਇਆ ਫਿਰਾਇਆ ਜਾ ਰਿਹਾ ਕਿਸਾਨਾਂ ਨੂੰ ਵੀ ਬੜੇ ਸ਼ਗੂਫੇ ਦਿੱਤੇ ਜਾ ਰਹੇ ਨੇ ਇਸ ਵੇਲੇ ਕਿ ਤੁਹਾਡੀ ਆਮਦਨ ਦੁੱਗਣੀ ਹੋ ਜੂਗੀ 2022 ਤੱਕ ਪਰ ਕਿਤੇ ਨਾ ਕਿਤੇ ਇਹ ਜਿਹੜਾ ਨਿੱਜੀਕਰਨ ਹੈ ਤੁਹਾਨੂੰ ਕੀ ਲੱਗਦਾ ਇਹ ਨਿੱਜੀਕਰਨ ਦੇ ਨਤੀਜੇ ਕੀ ਹੋਣਗੇ ਹੌਲੀ ਹੌਲੀ ਬੀ ਆਪਦੇ ਦੇਣਗੇ ਰਿਹਾਂ ਸਪਰੇਆਂ ਆਪਦੀਆਂ ਦੇਣਗੇ ਫਿਰ ਹੌਲੀ ਹੌਲੀ ਆਰਡਰ ਕਰਨਗੇ ਵੀ ਐਤਕੀ ਤੁਹਾਨੂੰ ਆਹ ਚਾਹੀਦੀ ਹੈ ਉਸ ਤੋਂ ਬਾਅਦ ਭਾਅ ਆਪਦੇ ਦੇਣਗੇ ਹੁਣ ਲੱਗਦਾ ਸਰਦਾਰਾ ਇਹ ਸਾਰੀਆਂ ਗੱਲਾਂ ਦੇਖ ਕੇ ਵੀ ਸਾਡਾ ਕੋਈ ਫਾਇਦਾ ਹੈ ਸਾਡਾ ਕੋਈ ਫਾਇਦਾ ਲੱਗਦਾ ਇਸ ਨਿੱਜੀਕਰਨ 'ਚ ਸਟ੍ਰੈਟਜੀ ਇਦਾਂ ਦੀ ਵੀ ਬਣ ਸਕਦੀ ਸੀ ਬਹੁਤ ਕੁਝ ਇਦਾਂ ਦਾ ਹੋ ਸਕਦਾ ਸੀ ਜਿਹੜਾ ਇਹ ਬਿੱਲ ਪਾਸ ਹੋਣ ਦੇ ਵਿੱਚ ਐਸੇ ਇਹਦੀਆਂ ਖੂਬੀਆਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਕਿਸਾਨਾਂ ਨੂੰ ਦੀਦੀਆਂ ਹੁੰਦੀਆਂ ਕਿਹਾ ਸਾਡੇ ਪੱਖ 'ਚ ਹੁਣ ਪੱਖ 'ਚ ਦੀਦਾ ਹੀ ਕੁਛ ਨਹੀਂ ਭਾਈ ਤੁਸੀਂ ਖੇਤਾਂ 'ਚੋਂ ਨਿਕਲੇ ਹੋ ਤੁਸੀਂ ਪਿੰਡਾਂ ਤੋਂ ਆਉਂਦੇ ਹੋ ਤੁਸੀਂ ਹੁਣ ਜ਼ਿਕਰ ਕੀਤਾ ਕਿ ਜ਼ਿਮੀਦਾਰ ਤੁਹਾਨੂੰ ਨਜ਼ਰ ਆਉਂਦੇ ਨੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਆਪਣੇ ਪਿੰਡ ਦੇ ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ ਨੇ ਅਸੀਂ ਲਗਾਤਾਰ ਗੱਲ ਕਰ ਰਹੇ ਹਾਂ ਹਰੇਕ ਸਿਆਸੀ ਪਾਰਟੀ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ ਪਰ ਨਤੀਜੇ ਤਾਂ ਕੁਝ ਉਲਟ ਆ ਰਹੇ ਨੇ ਕਿ ਅਸੀਂ ਨਾਕਾਮਯਾਬ ਰਹੇ ਹਾਂ ਕਿ 117 ਜਿਹੜੇ ਅਸੀਂ ਨੁਮਾਇੰਦੇ ਚੁਣ ਕੇ ਭੇਜੇ ਉਹ ਸਾਡੀ ਗੱਲ ਨਹੀਂ ਕਰਦੇ 13 ਹਲਕੇ ਲੋਕ ਸਭਾ ਦੇ ਅਸੀਂ ਉੱਥੇ ਆਪਣੀ ਗੱਲ ਨਹੀਂ ਪਹੁੰਚਾ ਸਕਦੇ ਦੇਖੋ ਆਹ ਮਸਲਾ ਸੈਂਟਰ ਗਵਰਨਮੈਂਟ ਨਾਲ ਚੱਲੀ ਜਾਂਦਾ ਹੈ ਪਰ ਜੇ ਹੁਣ ਅਸੀਂ ਗੱਲ ਕਰੀਏ ਸਾਡੀ ਸਰਕਾਰ ਦੀ ਸਾਡੇ ਗੁਰੂਆਂ ਨੇ ਨਾ ਇੱਕ ਬਹੁਤ ਸੋਹਣੀ ਫਿਲਾਸਫੀ ਦਿੱਤੀ ਸੀ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਰਾਜਨੀਤੀ ਤੇ ਧਰਮ ਇਹ ਜੇ ਦੋ ਰਿਸ਼ਤੇਦਾਰ ਹੈ ਗੂੜੇ ਉਹਨਾਂ ਨੇ ਕਿਹਾ ਸੀ ਜਦੋਂ ਰਾਜਨੀਤੀ ਕਰੋਗੇ ਨਾ ਪੁੱਤਰੋ ਉਹ ਫੈਸਲਾ ਉਹ ਕਰਿਓ ਰਾਜਨੀਤੀ 'ਚ ਜਿਹੜਾ ਧਰਮ ਦੀ ਕਸਵੱਟੀ ਤੇ ਬਰਾਬਰ ਖਰਾ ਉਤਰਦਾ ਕਿ ਧਰਮ ਨੂੰ ਤਾਂ ਅਕਾਲ ਤਖਤ ਤੇ ਬਹਿ ਕੇ ਆਖਿਆ ਸੀ ਵੀ ਉੱਥੇ ਬਹਿ ਕੇ ਫੈਸਲੇ ਲਓ ਕਿ ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਹੋਣ ਤੇ ਇੱਕ ਧਰਮ ਵਿੱਚ ਹਾਜ਼ਰ ਹੋਵੇ ਫਿਰ ਰਾਜਨੀਤੀ ਕਰਿਓ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਰਾਜਨੀਤੀ 'ਚ ਧਰਮ ਨਹੀਂ ਵਾੜਿਆ ਧਰਮ 'ਚ ਰਾਜਨੀਤੀ ਜ਼ਰੂਰ ਵਾੜਤੀ ਸਾਡਾ ਐਟ ਕੁੱਤੇ ਦਾ ਵੈਰ ਪਵਾ ਰੱਖਿਆ ਹਾਲਾਂਕਿ ਲੋਕਲ ਗਰਾਊਂਡ ਲੈਵਲ 'ਤੇ ਕੋਈ ਇਹਦੀ ਪ੍ਰੋਬਲਮ ਨਹੀਂ ਪਰ ਵੋਟਾਂ ਵੇਲੇ ਉੱਦਾਂ ਦਾ ਮਾਹੌਲ ਕ੍ਰੀਏਟ ਕਰਦੇ ਆ ਕਿ ਨਹੀਂ ਕਰਦੇ ਇਸ ਕਰਕੇ ਉਹ ਫਿਲਾਸਫੀਆਂ ਸਾਡੇ ਅੱਗੇ ਰੱਖੀਆਂ ਨਹੀਂ ਅਪਲਾਈ ਨਹੀਂ ਕੀਤੀਆਂ ਸੀ ਕਿ ਧਰਮ ਅਤੇ ਰਾਜਨੀਤੀ ਨੂੰ ਇੰਨੀ ਕੁ ਰਿਸਪੈਕਟ ਦਈਏ ਗੰਦਲਾ ਹੋ ਗਿਆ ਕੰਮ ਸਾਰਾ ਕੰਵਰ ਦਿੱਲੀ ਦੀ ਸਰਕਾਰ ਨੂੰ ਕੀ ਅੱਜ ਨਾਰਾ ਦੇਣਾ ਚਾਹੁੰਦਾ ਦੇਖੋ ਸਾਡਾ ਇਹੀ ਆ ਸਾਰਿਆਂ ਦਾ ਨਾਰਾ ਕਿ ਜਿਹੜਾ ਇਹ ਬਿੱਲ ਹੈ ਇਹਦੇ ਅਸੀਂ ਹੱਕ 'ਚ ਨਹੀਂ ਹੈਗੇ ਇਹ ਬਿੱਲ ਵਾਪਸ ਲਿਆ ਜਾਵੇ ਜਾਂ ਬਾਕੀ ਇਹ ਕਿ ਵੱਡੇ ਵਡੇਰੇ ਸਾਡੇ ਜਿਵੇਂ ਵੀ ਬੋਲਣਗੇ ਇਹ 'ਚ ਸੋਧ ਨਾ ਮੰਨਦੇ ਹੈ ਜਾਂ ਇਹਨੂੰ ਕੰਪਲੀਟ ਡਿਸਚਾਰਜ ਕਰਨ ਦੇ ਮੂਡ 'ਚ ਹੈ ਤਾਂ ਉਹਦੇ ਲਈ ਪ੍ਰੋਟੈਸਟ ਹੋ ਰਿਹਾ ਹੈ ਅਤੇ ਇਹ ਜਿੰਨਾ ਚਿਰ ਨਹੀਂ ਹੋਊਗਾ ਉਨਾ ਚਿਰ ਚੱਲੂਗਾ ਇਹ ਬਾਕੀ ਇਹ ਆਖਰੀ ਬਾਤ ਤੇਰੀ ਅਤੇ ਮੇਰੀ ਉਹ ਸੱਚੇ ਪਾਤਸ਼ਾਹ ਜਾਣਦਾ ਹੈ ਜਿਨ੍ਹਾਂ ਦੀਆਂ ਨੀਤਾਂ ਸੱਚੀਆਂ ਹੈ ਜਿਹੜੇ ਵਾਕਿਆ ਹੀ ਕਰਤੀ ਹੈ ਜਿਨ੍ਹਾਂ ਨੂੰ ਵਾਕਿਆ ਹੀ ਮਿਹਨਤ ਕਰਕੇ ਮੁੜਕਾ ਲਿਆ ਕੇ 6 ਮਹੀਨੇ ਬਾਅਦ ਫਸਲ ਮਿਲਦੀ ਹੈ ਹੈ ਨਾ ਅਤੇ ਉਹਨਾਂ ਦੇ ਹੱਕ ਕਿਤੇ ਜਾਣ ਨਹੀਂ ਦੇਣੇ ਉਸ
ਸੱਚੇ ਪਾਤਸ਼ਾਹ ਨੇ। ਪਰ ਵੀਰੇ ਅੱਜ ਜਿੰਨਾ ਨੌਜਵਾਨਾਂ ਦੇ ਮੁੜਕਾ ਆਇਆ, ਅੱਜ ਜਿੰਨੇ ਨੌਜਵਾਨ ਇੱਥੇ ਪਹੁੰਚੇ ਨੇ, ਉਹਨਾਂ ਦੇ ਜੋਸ਼ ਨੂੰ ਕਿਵੇਂ ਦੇਖਦੇ? ਬਹੁਤ ਅੱਛੀ ਗੱਲ ਹੈ, ਮੈਂ ਸਾਰਿਆਂ ਨੂੰ ਕਹੀ ਜਾਂਦਾ ਵਾ ਕਿ ਸਾਨੂੰ ਇਸ ਚੀਜ਼ ਦਾ ਹੌਸਲਾ ਵੀ ਬਹੁਤ ਆ ਪਰ ਡਰ ਵੀ ਬਹੁਤ ਲੱਗ ਰਿਹਾ, ਕਿਉਂਕਿ ਜੇ ਅਸੀਂ ਵੱਡਿਆਂ ਨਾਲ ਹੋਸ਼ ਅਤੇ ਜੋਸ਼ ਬਰਾਬਰ ਨਾ ਚੱਲੇ, ਪੈਰਲਲ ਨਾ ਚੱਲੇ, ਆਪਸ ਦੇ ਵਿੱਚ ਕੰਬਾਈਂਡ ਹੋ ਕੇ ਨਾ ਚੱਲੇ ਤਾਂ ਫਿਰ ਇਹ ਖਤਰਾ ਵੀ ਹੈ। ਜਵਾਨਾਂ ਨੂੰ, ਬਜ਼ੁਰਗਾਂ ਦੇ ਨਾਲ, ਵੱਡੇ ਵਡੇਰੇ ਜਿਹੜੇ ਐਕਸਪੀਰੀਅੰਸ ਵਾਲੇ ਲੋਕ ਹੈ, ਉਹਨਾਂ ਦੇ ਨਾਲ ਰਲ ਕੇ ਚੱਲਣਾ ਪੈਣਾ ਸੱਜਣਾ। ਨਜ਼ਰ ਸਿਹਤ ਹਾਲੇ ਨਜ਼ਰ ਨਹੀਂ ਆ ਰਹੀ ਕਿ ਅਗਲਾ ਐਕਸ਼ਨ ਕੀ ਕਰਨਾ? ਕੋਈ ਨਹੀਂ ਕਰਾਂਗੇ, ਸਭ ਕਰਾਂਗੇ, ਸਭ ਕਰਾਂਗੇ। ਸੋ ਇਸ ਨੇ ਕੰਵਰ ਗਰੇਵਾਲ ਸਾਫ਼ ਤੌਰ 'ਤੇ ਕਹਿ ਰਹੇ ਨੇ ਕਿ ਇਸ ਵਕਤ ਨੌਜਵਾਨ ਇਕੱਠੇ ਨੇ ਜਿਸ ਦੇ ਨਤੀਜੇ ਜਲਦੀ ਮਿਲਣਗੇ। ਦਿੱਲੀ ਨੂੰ ਸੁਨੇਹਾ ਚੱਲ ਗਿਆ ਕਿ ਦਿੱਲੀ ਆਪਣੇ ਫੈਸਲੇ ਵਾਪਸ ਲੈ ਲਵੇ, ਨਹੀਂ ਤਾਂ ਨਤੀਜੇ ਜਿਹੜੇ ਨੇ ਉਹ ਗੰਭੀਰ ਹੋਣਗੇ। ਫਿਲਹਾਲ ਦੇਖਣਾ ਹੋਵੇਗਾ ਕਿ ਦਿੱਲੀ ਦੀ ਸਰਕਾਰ ਕਿਹੋ ਜਿਹੇ ਫੈਸਲੇ ਲੈਂਦੀ ਹੈ, ਕਿ ਇਹ ਕਾਲੇ ਕਾਨੂੰਨ ਵਾਪਸ ਹੁੰਦੇ ਨੇ ਜਾਂ ਨਹੀਂ। ਤੁਹਾਡਾ ਇਸ ਬਾਰੇ ਕੀ ਸੋਚਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ। ਫਿਲਹਾਲ ਤੁਹਾਡੇ ਤੋਂ ਅਗਲੇ ਨੇ ਸਹਿਯੋਗੀ ਸੁਰਿੰਦਰ ਦੇ ਨਾਲ ਹਰਦੀਪ ਸਿੰਘ ਕੋਗਲ, ਸਪੋਕਸਮੈਨ ਟੀਵੀ ਸ਼ੰਭੂ ਵਾਟਰ।